ਮੀਆਂ ਮਾਰਵੇ ਜੀ ਇੱਕ ਨਦੀ ਚ ਕਿਸ਼ਤੀ ਦੀ ਵੱਡੇ ਬੇੜੇ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਡੁੱਬਣ ਕਾਰਨ 20 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 40 ਵਿਅਕਤੀਆਂ ਨੂੰ ਬਚਾ ਲਿਆ ਗਿਆ ਸੂਤਰਾਂ ਮੁਤਾਬਕ ਵਿਆਹ ਵਿੱਚ ਸ਼ਾਮਿਲ ਹੋਣ ਜਾ ਰਹੇ ਬਰਾਤੀਆਂ ਦੀ ਕਿਸ਼ਤੀ ਮਾਲ ਲੱਦੀ ਗਈ ਇੱਕ ਵੱਡੀ ਬੇੜੀ ਦੇ ਨਾਲ ਟਕਰਾ ਗਈ ਜਿਸ ਕਾਰਨ ਬਰਾਤੀਆਂ ਵਾਲੀ ਕਿਸ਼ਤੀ ਡੁੱਬ ਗਈ ਡੁੱਬ ਕੇ ਮਾਰੇ ਗਏ ਬਰਾਤੀਆਂ ਵਿੱਚ 3 ਛੋਟੇ ਬੱਚੇ ਵੀ ਸ਼ਾਮਿਲ ਸਨ ਸੁਰੱਖਿਆ ਕਰਮੀਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਵਾਪਰੇ ਵੱਡੇ ਜਲ ਹਾਦਸਿਆਂ ਵਿੱਚ ਇਹ ਤੀਸਰਾ ਵੱਡਾ ਹਾਦਸਾ ਹੈ ਫਿਲਹਾਲ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਸਪਸ਼ਟ ਪਤਾ ਲਗਾਉਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ।